ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ 30/7/2022 ਅਤੇ ਅੱਜ ਦਾ ਪ੍ਰੋਗਰਾਮ ਇਸ ਤਰ੍ਹਾਂ ਜੋ ਆਪ ਜੀ ਨਾਲ ਸਾਂਝਾ ਕਰਨਾ, ਨਾਲੇ ਆਪਾਂ ਇਸ ਵੇਲੇ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਜੀ। ਸਾਧ ਸੰਗਤ ਰਾਤ ਦੇ ਹੀ ਇੱਥੇ ਬਠਿੰਡਾ ਵਿਖੇ ਪਹੁੰਚ ਗਏ ਸੀ। ਇੱਥੇ ਗੁਰਮੁਖ ਪਿਆਰੇ ਭਾਈ ਮਹੇਸ਼ ਇੰਦਰ ਸਿੰਘ ਜੀ ਜੋ ਇੱਥੇ ਰਹਿ ਰਹੇ ਨੇ ਬਠਿੰਡਾ ਵਿੱਚ, ਉਹਨਾਂ ਦੇ ਗ੍ਰਹਿ ਰਾਤ ਦੇ ਰੁਕੇ ਅਤੇ ਹੁਣ ਅੱਜ ਦਾ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਹੈ। ਤਕਰੀਬਨ ਉੱਥੇ ਨਾਲ ਜੋ ਗੁਰਦੁਆਰਾ ਬਾਬਾ ਦੀਪ ਸਿੰਘ, ਉੱਥੇ ਗੁਰੂ ਕੀ ਸੰਗਤਾਂ ਦੇ ਔਰ ਗੁਰੂ ਕੇ ਅਸਥਾਨਾਂ ਦੀ ਹਾਜ਼ਰੀ ਭਰਨੀ ਹੈ ਜੀ। ਅਤੇ ਫਿਰ ਉਸ ਤੋਂ ਬਾਅਦ ਉੱਥੋਂ ਦਿੱਲੀ ਵਾਸਤੇ ਚੱਲਾਂਗੇ। ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ ਅੱਜ, ਜਿਵੇਂ ਜਿਵੇਂ ਅਗਲਾ ਪ੍ਰੋਗਰਾਮ ਨਾਲ ਨਾਲ ਬਣਦਾ, ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਸੋ ਇਸ ਵੇਲੇ ਬਠਿੰਡਾ ਤੋਂ ਚੱਲ ਰਹੇ ਹਾਂ ਜੀ, ਦਮਦਮਾ ਸਾਹਿਬ ਕੀਰਤਨ ਦੀ ਹਾਜ਼ਰੀ ਵਾਸਤੇ। Oh.
ਸਾਰੇ ਪ੍ਰਬੰਧਕਾਂ ਵੱਲੋਂ ਅਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਨੂੰ ਅਸੀਂ ਆਸ ਕਰਦੇ ਹਾਂ ਜਦੋਂ ਵੀ ਬਾਬਾ ਜੀ ਕਿਤੇ ਵੀ ਸਾਨੂੰ ਯਾਦ ਕਰਕੇ ਅਸੀਂ ਉੱਥੇ ਪਹੁੰਚਾਂਗੇ ਆਪਣੇ ਜਥੇ ਸਮੇਤ ਬੱਚਿਆਂ ਸਮੇਤ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬੋਲੇ ਸੋ ਨਿਹਾਲ ਕੀਰਤਨ ਦੀ ਹਾਜ਼ਰੀ ਭਰ ਕੇ ਅਤੇ ਫਿਰ ਹੁਣ ਦਿੱਲੀ ਵੱਲ ਨੂੰ ਚੱਲੇ ਹੋਏ ਹਾਂ ਜੀ ਇਸ ਵੇਲੇ ਅਤੇ ਰਸਤੇ ਵਿੱਚ ਢਾਬੇ 'ਤੇ ਰੁਕੇ ਹਾਂ ਅਤੇ ਹੁਣ ਇੱਥੋਂ ਥੋੜ੍ਹਾ ਲੰਗਰ ਪ੍ਰਸ਼ਾਦਾ ਛੱਕ ਕੇ ਅਤੇ ਫਿਰ ਅੱਗੇ ਚੱਲਾਂਗੇ ਜੀ ਅਤੇ ਇਸੇ ਤਰ੍ਹਾਂ ਆਪ ਜੁੜੇ ਰਹੋ ਰਾਤ ਦੀ ਹਾਜ਼ਰੀ ਦਿੱਲੀ ਵਿੱਚੋਂ ਕੀਰਤਨ ਦੀ ਹਾਜ਼ਰੀ ਹੈ ਅਤੇ ਆ ਢਾਬੇ 'ਤੇ ਰੁਕੇ ਹੋਏ ਹਾਂ ਜੀ ਇਸ ਵਾਸਤੇ ਭਾਂਡਿਆਂ ਦੀ ਆਵਾਜ਼ ਵੀ ਵਿੱਚ ਆ ਰਹੀ ਹੈ ਅਤੇ ਇਸੇ ਤਰ੍ਹਾਂ ਆਪਣੇ ਜੁੜੇ ਰਹਿਣਾ ਜੀ ਨਾਲ ਨਾਲ ਆਪਾਂ ਸਫ਼ਰ ਕਰਨਾ ਨਾਲ ਨਾਲ ਜਿਵੇਂ ਜਿਵੇਂ ਰਸਤੇ ਦੇ ਪੜਾਅ ਹੋਏ ਆਪ ਜੀ ਨੂੰ ਦੱਸਾਂਗੇ ਹਾਂਜੀ ਸਾਧ ਸੰਗਤ ਜੀ ਇਸ ਵੇਲੇ ਦਿੱਲੀ ਵਿਖੇ ਪਹੁੰਚ ਗਏ ਹਾਂ ਜੀ ਗੁਰਮੁਖ ਪਿਆਰੇ ਭਾਈ ਸਰਦਾਰ ਮਨਜੀਤ ਸਿੰਘ ਹੋਰਾਂ ਦੇ ਗ੍ਰਹਿ ਔਰ ਉਹਨਾਂ ਦੇ ਬੇਟੇ ਭਾਈ ਦਲਵੀਰ ਸਿੰਘ ਜੀ ਇਸ ਵੇਲੇ ਮੇਰੇ ਨਾਲ ਹੀ ਬੈਠੇ ਨੇ ਅਤੇ ਸਤਿਗੁਰੂ ਕਿਰਪਾ ਕਰਨ ਇਹਨਾਂ ਵਾਸਤੇ ਵੀ ਅਰਦਾਸ ਬੇਨਤੀ ਜਿੱਥੇ ਆਪਾਂ ਸਾਰਿਆਂ ਨੇ ਕਰਨੀ ਕਿ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਦਿੱਲੀ ਵਿੱਚ ਜਿੱਥੇ ਵੀ ਸਮਾਗਮ ਹੁੰਦੇ ਨੇ ਕਿ ਨਾਲ ਨਾਲ ਹਾਜ਼ਰੀਆਂ ਭਰਦੇ ਨੇ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਅਤੇ ਆਪਾਂ ਹੁਣ ਦਿੱਲੀ ਵਿਖੇ ਪਹੁੰਚੇ ਹਾਂ ਜੀ ਹੁਣ ਇੱਥੋਂ ਪ੍ਰਤਾਪ ਬਾਗ ਵਿਖੇ ਕੀਰਤਨ
ਆਸ਼ੂ ਔਰ ਦਮਨਪ੍ਰੀਤ ਸਿੰਘ ਜੀ ਨਾਲ ਬੈਠੇ ਨੇ ਜੀ। ਅਤੇ ਹੁਣ ਆਪਾਂ ਕਾਫੀ ਸਮਾਂ ਹੋ ਗਿਆ ਇੱਥੇ, ਤਕਰੀਬਨ 11:30, 11:45 ਹੋ ਚੱਲੇ ਨੇ। ਅਤੇ ਹੁਣ ਆਪਾਂ ਸਮਾਪਤੀ ਕਰੀਏ ਬਲੌਗ ਦੀ, ਕੱਲ੍ਹ ਨਵਾਂ ਬਲੌਗ ਬਣਾਵਾਂਗੇ ਜੀ, ਫਿਰ ਆਪਾਂ ਗੱਲਬਾਤ ਅਗਲੀ ਕਰਾਂਗੇ, ਕਿਉਂਕਿ ਕੱਲ੍ਹ ਦਾ ਦੀਵਾਨ ਵੀ ਇੱਥੇ ਗੁੜਗਾਵਾਂ ਵਿਖੇ ਕਿਸੇ ਗੁਰਮੁਖ ਪਿਆਰਿਆਂ ਦੇ ਗ੍ਰਹਿ ਜਾਣਾ। ਅਤੇ ਹੁਣ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਕੱਲ੍ਹ ਜਿਵੇਂ ਮੈਂ ਆਪ ਜੀ ਨੂੰ ਦੱਸਿਆ, ਗੁੜਗਾਵਾਂ ਵਿਖੇ ਕੀਰਤਨ ਦੀ ਹਾਜ਼ਰੀ ਹੈ, ਫਿਰ ਵਾਪਸੀ ਅੰਮ੍ਰਿਤਸਰ ਹੋਵੇਗੀ। ਅਤੇ ਪਰਸੋਂ ਸ਼ਾਮ ਨੂੰ ਸੋਧਰ ਦੀ ਚੌਂਕੀ ਦੀ ਹਾਜ਼ਰੀ ਹੈ ਜੀ, ਸ਼੍ਰੀ ਹਰਿਮੰਦਰ ਸਾਹਿਬ ਵਿਖੇ। ਅਤੇ ਇਸੇ ਤਰ੍ਹਾਂ ਆਪਣੇ ਜੁੜੇ ਰਹਿਣਾ, ਅਗਲੇ ਬਲੌਕਾਂ 'ਚ ਫਿਰ ਮਿਲਦੇ ਹਾਂ। ਇਸ ਵੇਲੇ ਇੱਥੇ ਹੀ ਸਮਾਪਤੀ ਕਰੀਏ। ਅਤੇ ਹਰ ਵਾਰ ਦੀ ਤਰ੍ਹਾਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਤਾਂ ਜੋ ਹਰ ਇੱਕ ਸੰਗਤਾਂ ਤੱਕ ਇਹ ਚੈਨਲ ਪਹੁੰਚ ਸਕੇ। ਸੋ ਇੱਥੇ ਆਪਾਂ ਹੁਣ ਸਮਾਪਤੀ ਕਰੀਏ ਅਤੇ ਅਗਲੇ ਬਲੌਗ 'ਚ ਫਿਰ ਮਿਲਦੇ ਹਾਂ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।